ਤੇ ਫਲੈਸ਼ ਬਾਤ ਕਰਾਂਗੇ ਖਬਰਾਂ ਦੀ ਤੇ ਨਾਲ ਹੀ ਜ਼ਿਮਨੀ ਚੋਣਾਂ ਨੂੰ ਲੈ ਕੇ ਹਰ ਇੱਕ ਖਬਰ ਤੁਹਾਡੇ ਤੱਕ ਪਹੁੰਚ ਰਹੀ ਹੈ। ਵੱਡੀ ਖਬਰ ਮਨਪ੍ਰੀਤ ਅਯਾਲੀ, ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ। ਮਨਪ੍ਰੀਤ ਅਯਾਲੀ ਵੱਲੋਂ ਲਗਾਤਾਰ ਇਲਜ਼ਾਮਾਂ ਲਗਾਏ ਜਾ ਰਹੇ ਸਨ। ਮਨਪ੍ਰੀਤ ਅਯਾਲੀ ਤੇ ਚੋਣ ਜ਼ਾਬਤੇ ਦੀ ਉਲੰਘਣਾ ਦਾ ਇਲਜ਼ਾਮ ਲੱਗਿਆ। ਮਨਪ੍ਰੀਤ ਅਯਾਲੀ ਨੂੰ ਨੋਟਿਸ ਜਾਰੀ ਕੀਤਾ ਗਿਆ। ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ। ਅਹਿਮ ਤੇ ਵੱਡੀ ਖਬਰ ਫਿਲਹਾਲ ਚੋਣਾਂ ਨੂੰ ਲੈ ਕੇ ਲਗਾਤਾਰ ਪਲ ਪਲ ਦੀਆਂ ਵੱਡੀਆਂ ਖਬਰਾਂ ਤੁਹਾਡੇ ਤੱਕ ਪਹੁੰਚਾ ਰਿਹਾ। ਤੇ ਫਿਲਹਾਲ ਮਨਪ੍ਰੀਤ ਅਯਾਲੀ ਜੋ ਹੁਣ ਤੱਕ ਖੁਦ ਇਲਜ਼ਾਮ ਲਗਾਉਂਦੇ ਆਏ ਸਨ ਕਾਂਗਰਸ ਤੇ, ਵੀ ਹੁਣ ਇਹਨਾਂ ਤੇ ਇਲਜ਼ਾਮ ਲੱਗੇ ਨੇ ਚੋਣ ਜ਼ਾਬਤੇ ਦੀ ਉਲੰਘਣਾ ਦੇ। ਚੋਣ ਕਮਿਸ਼ਨ ਨੇ ਇਹਨਾਂ ਨੂੰ ਨੋਟਿਸ ਜਾਰੀ ਕਰ ਦਿੱਤਾ। ਮਨਪ੍ਰੀਤ ਅਯਾਲੀ ਦਾ ਖਾਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਿਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ। ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ ਹੈ ਉਲੰਘਣਾ ਨੂੰ ਲੈ ਕੇ, ਨੋਟਿਸ ਜਾਰੀ ਕੀਤਾ ਗਿਆ, ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਗਈ, ਜਿਸ ਤੋਂ ਬਾਅਦ ਨੋਟਿਸ ਜਾਰੀ ਕਰ ਦਿੱਤਾ ਗਿਆ ਚੋਣ ਕਮਿਸ਼ਨ ਵੱਲੋਂ। ਹਾਲਾਂਕਿ ਹੁਣ ਤੱਕ ਮਨਪ੍ਰੀਤ ਅਯਾਲੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਕਾਂਗਰਸ ਦੇ ਲਗਾਤਾਰ ਇਲਜ਼ਾਮ ਲਾਏ ਜਾ ਰਹੇ ਸਨ। ਫਿਰ ਭਾਵੇਂ ਲਾਈਵ ਹੋ ਕੇ ਇਲਜ਼ਾਮ ਲਗਾਏ ਗਏ ਹੋਣ ਜਾਂ ਫਿਰ ਉਸ ਤੋਂ ਬਾਅਦ ਵਫ਼ਦ ਦੇ ਵੱਲੋਂ ਸ਼ਿਕਾਇਤ ਦਰਜ ਕਰਾਈ ਗਈ ਹੋਵੇ, ਤੇ ਹੁਣ ਦੀ ਗੱਲ ਕਰੀਏ ਤਾਂ ਮਨਪ੍ਰੀਤ ਅਯਾਲੀ ਖੁਦ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਚੋਣ ਕਮਿਸ਼ਨ ਦੇ ਵੱਲੋਂ। ਇਸੇ ਦੇ ਨਾਲ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ। ਬਲਵਿੰਦਰ ਸਿੰਘ ਧਾਲੀਵਾਲ, ਉਹਨਾਂ ਦੇ ਵੱਲੋਂ ਵੀ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਗਈ ਹੈ। ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੂੰ ਨੋਟਿਸ ਜਾਰੀ ਕੀਤਾ ਗਿਆ। ਫਗਵਾੜਾ ਤੋਂ ਕਾਂਗਰਸ ਦੇ ਉਮੀਦਵਾਰ ਮਿਤਾਲੀਵਾਲ, ਦੱਸਦੀਏ ਕਿ ਉਹਨਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਸ਼ਰਾਬ ਦੂਧ ਦਿੱਤਾ ਜਾ ਰਿਹਾ ਸੀ, ਉਸਦਾ ਓਪਰੇਸ਼ਨ ਕਰਕੇ ਸੀਸੀਟੀਵੀ ਤਸਵੀਰਾਂ ਜਿਹੜੀਆਂ ਨੇ ਉਹਨਾਂ ਨੂੰ ਕੈਦ ਕਰਕੇ ਦਿਖਾਇਆ ਗਿਆ ਸੀ ਕਿਸ ਤਰੀਕੇ ਦੇ ਨਾਲ ਬਲਵਿੰਦਰ ਧਾਲੀਵਾਲ ਉਹਨਾਂ ਦੇ ਆਫਿਸ ਤੋਂ ਸ਼ਰਾਬ ਵੰਡੀ ਗਈ। ਤੇ ਫਿਲਹਾਲ ਵੀ ਉਹ ਹੁਣ ਉਹਨਾਂ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਨੇ, ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ। ਫਗਵਾੜਾ ਤੋਂ ਕਾਂਗਰਸ ਦੇ ਉਮੀਦਵਾਰ ਨੇ ਧਾਲੀਵਾਲ ਨੇ ਕੀਤੀ ਹੈ ਚੋਣ ਜ਼ਾਬਤੇ ਦੀ ਉਲੰਘਣਾ। ਚੋਣ ਕਮਿਸ਼ਨ ਨੇ ਇਹਨਾਂ ਨੂੰ ਵੀ ਨੋਟਿਸ ਜਾਰੀ ਕੀਤਾ, ਸੋ ਉਮੀਦਵਾਰਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਨੇ। ਇੱਕ ਪਾਸੇ ਮਨਪ੍ਰੀਤ ਅਯਾਲੀ ਦੀ ਗੱਲ ਕੀਤੀ ਜਾਏ ਤੇ ਦੂਸਰੇ ਪਾਸੇ ਬਲਵਿੰਦਰ ਧਾਲੀਵਾਲ, ਫਗਵਾੜਾ ਤੋਂ ਉਮੀਦਵਾਰ ਤੇ ਦਾਖਾ ਤੋਂ ਉਮੀਦਵਾਰ ਦੋਵਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਤੇ ਕਾਰਨ ਸਿਰਫ ਤੇ ਸਿਰਫ ਚੋਣ ਜ਼ਾਬਤੇ ਦੀ ਉਲੰਘਣਾ, ਕਿਉਂਕਿ ਚੋਣਾਂ ਨੂੰ ਲੈ ਕੇ ਚੋਣ ਜ਼ਾਬਤਾ ਲੱਗ ਚੁੱਕਿਆ। ਉਸ ਤੋਂ ਬਾਅਦ ਕਿਸੇ ਤਰੀਕੇ ਦੇ ਨਾਲ ਵੀ ਆਪਣੀ ਪਾਰਟੀ ਦਾ ਝੰਡਾ ਲਗਾਉਣਾ, ਆਪਣੀ ਪਾਰਟੀ ਦੇ ਪੋਸਟਰ ਲਗਾਉਣੇ ਜਾਂ ਬੈਨਰ ਲੈਣਾ, ਹਰ ਚੀਜ਼ ਜਿਹੜੀ ਹੈ ਉਹ ਪਰ ਪ੍ਰਤੀਬੰਧ ਹੈ। ਅਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬਲਵਿੰਦਰ ਧਾਲੀਵਾਲ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਗੱਲ ਦੇ ਵਿੱਚ ਸਕਾਰਫ ਪਾਇਆ ਗਿਆ ਕਾਂਗਰਸ ਦਾ, ਚੋਣ ਜ਼ਾਬਤੇ ਦੀ ਉਲੰਘਣਾ ਸਿੱਧੇ ਤੌਰ 'ਤੇ, ਯਾਨੀ ਕਿ ਸੁਨੇਹਾ ਦੇ ਰਹੇ ਨੇ ਚੋਣ ਜ਼ਾਬਤੇ ਦੀ ਉਲੰਘਣਾ ਸਾਫ ਤੌਰ 'ਤੇ ਕੀਤੀ ਗਈ। ਕੁਝ ਦੇਰ ਪਹਿਲਾਂ ਇਹਨਾਂ ਨੇ ਆਪਣੇ ਪਰਿਵਾਰ ਦੇ ਨਾਲ ਵੋਟ ਪਾਈ ਸੀ ਅਤੇ ਵੋਟ ਪਾਉਂਦੇ ਹੋਏ ਇਹ ਤਸਵੀਰਾਂ ਜਿਹੜੀਆਂ ਨੇ ਨਜ਼ਰ ਆਈਆਂ, ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ ਇਹਨਾਂ ਨੂੰ ਨੋਟਿਸ ਜਾਰੀ ਕਰ ਦਿੱਤਾ। ਗੱਲ ਦੇ ਵਿੱਚ ਇਹਨਾਂ ਨੇ ਸਕਾਫ ਪਾਇਆ ਕਾਂਗਰਸ ਪਾਰਟੀ ਦਾ। ਫਗਵਾੜਾ ਤੋਂ ਉਮੀਦਵਾਰ ਨੇ ਬਲਵਿੰਦਰ ਸਿੰਘ ਧਾਲੀਵਾਲ, ਜਿਨ੍ਹਾਂ ਨੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ, ਗਲੇ ਦੇ ਵਿੱਚ ਸਕਾਫ ਪਾ ਕੇ ਇਹ ਵੋਟ ਪਾਉਣਾ ਹੈ। ਉਦੋਂ ਦੂਸਰੇ ਪਾਸੇ ਮਨਪ੍ਰੀਤ ਅਯਾਲੀ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ। ਖਾਸ ਤੌਰ 'ਤੇ ਗੱਲ ਕੀਤੀ ਜਾਏ ਤਾਂ ਹਰਿਆਣਾ ਅਤੇ ਪੰਜਾਬ, ਹਾਲਾਂਕਿ ਦੋਵਾਂ ਦੇ ਵਿੱਚ ਵੋਟਾਂ ਨੇ, ਪਰ ਪੰਜਾਬ ਤੋਂ ਹੰਗਾਮੇ ਦੀਆਂ ਖਬਰਾਂ, ਪੰਜਾਬ ਤੋਂ ਲੜਾਈ ਝਗੜੇ ਦੀਆਂ ਧੋਖਾਧੜੀ ਧੱਕੇਸ਼ਾਹੀ ਜਿਹੜੀ ਉਹ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਹੁਣ ਚੋਣ ਜ਼ਾਬਤੇ ਦੀਆਂ ਉਲੰਘਣਾ ਦੀਆਂ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ। ਸੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬਲਵਿੰਦਰ ਧਾਲੀਵਾਲ ਇਹਨਾਂ ਤਸਵੀਰਾਂ ਦੇ ਵਿੱਚ ਨੇ, ਜੋ ਕਿ ਚੋਣ ਜ਼ਾਬਤੇ ਦੀ ਉਲੰਘਣਾ ਕਰ ਰਹੇ ਨੇ। ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਗਈ ਸਾਫ ਤੌਰ 'ਤੇ, ਜਿਸਦੇ ਕਾਰਨ ਇਹਨਾਂ ਨੂੰ ਹੁਣ ਨੋਟਿਸ ਜਾਰੀ ਕਰ ਦਿੱਤਾ ਗਿਆ ਚੋਣ ਕਮਿਸ਼ਨ ਦੇ ਵੱਲੋਂ। ਵਿਰੋਧ ਸੱਭਰਵਾਲ ਜੁੜੇ ਨੇ ਪੱਤਰਕਾਰ ਜੀ, ਕੀ ਕੁਝ ਕਹੋਗੇ ਫਿਲਹਾਲ? ਇਹ ਤਸਵੀਰਾਂ ਸਾਫ ਤੌਰ 'ਤੇ ਸਾਹਮਣੇ ਆਈਆਂ ਨੇ ਜਿਸ ਤਰੀਕੇ ਦੇ ਨਾਲ ਇਹ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਗਈ ਹੈ ਬਲਵਿੰਦਰ ਧਾਲੀਵਾਲ ਵੱਲੋਂ।
ਉਹਨਾਂ ਵੱਲੋਂ ਕੀ ਕੁਝ ਕਿਹਾ ਗਿਆ ਜੇਕਰ ਤੁਸੀਂ ਗੱਲਬਾਤ ਕੀਤੀ ਹੈ ਤਾਂ? ਦੂਸਰੀ ਪਾਰਟੀ ਵੱਲ ਕੰਪਲੇਂਟ ਕੀਤੀ ਗਈ, ਜਿਸ ਤੇ ਕਾਰਵਾਈ ਹੁੰਦਾ ਹੈ ਆਚਾਰ ਸੰਹਿਤਾ ਨੇ ਜਿਹੜੀ ਉਹਨਾਂ ਤੇ ਕਾਰਵਾਈ ਕਰ ਦਿੱਤੀ ਗਈ ਹੈ ਜੀ। ਫਿਲਹਾਲ ਕੀ ਕੁਝ ਕਹਿਣਾ ਧਾਲੀਵਾਲ ਦਾ ਜੇਕਰ ਤੁਸੀਂ ਗੱਲਬਾਤ ਕੀਤੀ ਹੋ ਵਿਨੋਦ? ਬਹੁਤ ਬਹੁਤ ਸ਼ੁਕਰੀਆ ਵਿਨੋਦ ਸਾਡੇ ਨਾਲ ਜੁੜਨ ਦੇ ਲਈ। ਫਿਲਹਾਲ ਤਸਵੀਰਾਂ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ, ਜਿੱਥੇ ਵੋਟਰ ਵੋਟ ਪਾ ਰਹੇ ਨੇ ਉੱਥੇ ਹੀ ਜਦੋਂ ਉਮੀਦਵਾਰ ਵੋਟ ਪਾਉਣਾ ਹੈ ਤਾਂ ਉਹ ਹੁਣ ਸਵਾਲਾਂ ਦੇ ਘੇਰੇ ਵਿੱਚ ਨੇ, ਯਾਨੀ ਕਿ ਨੋਟਿਸ ਇਹਨਾਂ ਨੂੰ ਜਾਰੀ ਕਰ ਦਿੱਤਾ ਗਿਆ, ਕਿਉਂਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਗੱਲ ਦੇ ਵਿੱਚ ਸਕਾਫ ਪਾਇਆ ਹੋਇਆ, ਕਾਂਗਰਸ ਪਾਰਟੀ ਦਾ ਸਾਫ਼ ਤੌਰ 'ਤੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਜਾ ਰਹੀ ਹੈ, ਲੈ ਪੋਸਟਰ ਲਗਾਉਣ 'ਤੇ, ਝੰਡਾ ਲੈਣ 'ਤੇ ਜਾਂ ਪਾਰਟੀ ਦਾ ਸਕਾਫ ਪਾਉਣ 'ਤੇ ਜਾਂ ਹੋਰ ਕਿਸੇ ਵੀ ਤਰੀਕੇ ਦੇ ਨਾਲ ਪਾਰਟੀ ਦੇ ਚੋਣ ਨਿਸ਼ਾਨ ਨੂੰ ਵੋਟਰਾਂ ਤੱਕ ਪਹੁੰਚਾਉਣ 'ਤੇ ਸ਼ਰੇਆਮ ਇਸ ਸਾਫ਼ ਤੌਰ 'ਤੇ ਤਜੀਆਂ ਉਡਾਈਆਂ ਜਾ ਰਹੀਆਂ ਨੇ ਚੋਣ ਜ਼ਾਬਤੇ ਦੇ, ਕਿ ਚੋਣ ਜ਼ਾਬਤਾ ਲੱਗ ਚੁੱਕਿਆ ਸੀ ਸ਼ਾਮ 6 ਵਜੇ ਤੱਕ, ਪਰ ਸੋ ਉਸ ਤੋਂ ਬਾਅਦ ਕਿਸੇ ਵੀ ਤਰੀਕੇ ਦੇ ਨਾਲ ਚੋਣ ਪ੍ਰਚਾਰ ਬੰਦ ਕਰ ਦਿੱਤਾ ਗਿਆ, ਸਿਰਫ਼ ਡੋਰ ਟੂ ਡੋਰ ਜਾ ਕੇ ਚੋਣ ਪ੍ਰਚਾਰ ਜਾਰੀ ਸੀ। ਪਰ ਹੁਣ ਅੱਜ ਦੀ ਗੱਲ ਕਰੀਏ ਤਾਂ ਅੱਜ ਦੇ ਦਿਨ ਕਿਸੇ ਤਰੀਕੇ ਦੇ ਨਾਲ ਵੀ ਵੋਟਰਾਂ ਤੱਕ ਪਾਰਟੀ ਦਾ ਸੁਨੇਹਾ ਪਹੁੰਚਾਉਣਾ ਜਾਂ ਚਿੰਨ੍ਹ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਸਿੱਧੇ ਤੌਰ 'ਤੇ, ਅਗਰਵਾਲ ਲਿਵਰ ਅਤੇ ਗੱਟ ਸੁਪਰ ਸਪੈਸ਼ਲਿਟੀ ਹਸਪੀਟਲ ਜੇਪੀ ਨਗਰ ਜਲੰਧਰ, ਇੱਥੇ ਹਰ ਤਰ੍ਹਾਂ ਦੀ ਪੇਟ ਤੇ ਲਿਵਰ ਦੀਆਂ ਬਿਮਾਰੀਆਂ ਜਿਵੇਂ ਪੀਲੀਆ, ਖੂਨ ਦੀ ਉਲਟੀ, ਪਿੱਤੇ ਦੀ ਪੱਥਰੀ ਅਤੇ ਪੇਟ ਤੇ ਲਿਵਰ ਦੇ ਕੈਂਸਰ ਦਾ ਇਲਾਜ ਵਿਦੇਸ਼ੀ ਤਕਨੀਕ ਨਾਲ ਮਾਹਿਰ ਡਾਕਟਰਾਂ ਵੱਲੋਂ ਤਸੱਲੀ ਬਖਸ਼ ਕੀਤਾ ਜਾਂਦਾ ਹੈ। ਸੰਪਰਕ ਕਰੋ 0181 502 0070।